ਪੰਜਾਬ ਸਰਕਾਰ ਛੇਤੀ ਹੀ ਇੱਕ ਨਵੀਂ ਟੂਰਿਸਟ ਪਾਲਿਸੀ ਬਣਾਉਣ ਜਾ ਰਹੀ ਹੈ। ਇਸ ਪਾਲਿਸੀ ਤਹਿਤ ਸੈਲਾਨੀਆਂ ਦੀ ਸੁਰੱਖਿਆ ਲਈ ਟੂਰਿਜ਼ਮ ਪੁਲਿਸ ਵੀ ਰੱਖੀ ਜਾਏਗੀ। ਇਹਦਾਵਾ ਸੰਗੋਲ ਵਿਖੇ ਸੈਰ ਸਪਾਟਾ ਮੰਤਰੀ ਸਰਵਨ ਸਿੰਘ ਫਲੌਰ ਨੇ ਕਾਲਜ ਦੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਰਹਿੰਦ ਦਾ ਆਮ ਖਾਸ ਬਾਗ ਅਤੇ ਰੋਪੜ ਦੇ ਲੀਲੀ ਰਿਜ਼ੋਰਟ ਸਮੇਤ ਸਾਰੀਆਂ ਸੈਰ ਸਪਾਟਾ ਵਾਲੀਆਂ ਥਾਵਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿੱਚ ਬਹੁਤ ਸਾਰੀਆਂ ਸੈਰ ਸਪਾਟਾ ਵਾਲੀਆਂ ਇਤਿਹਾਸਕ ਥਾਵਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਦਿੱਤਾ ਸੀ, ਜਿਸ ਕਾਰਨ ਵੱਡਾ ਨੁਕਸਾਨ ਹੋਇਆ ਸੀ। ਇਸ ਮੌਕੇ ਦੋਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਛੇਤੀ ਹੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਿਹਾੜ ਜੇਲ੍ਹ ਵਾਂਗ ਹੀ ਸੁਰੱਖਿਆ ਪ੍ਰਬੰਧ ਕਰਨ ਜਾ ਰਹੀ ਹੈ, ਜਿਸ ਤਹਿਤ ਕੁਝ ਜੇਲ੍ਹਾਂ ਵਿੱਚ ਸੁਰੱਖਿਆ ਟ੍ਰਾਇਲ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਕੈਦੀਆਂ ਦੀ ਸੁਵਿਧਾ ਲਈ ਵੀ ਕਈ ਅਹਿਮ ਕਦਮ ਚੁੱਕੇ ਜਾਣਗੇ। ਉਹ ਜਿਹੜੀ ਸਾਡਾ ਰੇਲਵੇ ਦਾ ਨੈਸ਼ਨਲ ਕੈਟਰਿੰਗ ਕਾਰਪੋਰੇਸ਼ਨ ਹੈ, ਉਹ ਅਸੀਂ ਉਹਨਾਂ ਨੂੰ ਦਿੱਤਾ, ਕਿਉਂਕਿ ਜਿਹੜੀ ਉਹ ਪਾਕਿਸਤਾਨ ਤੋਂ ਬੱਸ ਚੱਲਦੀ ਹੈ ਨਾ ਹਿੰਦੁਸਤਾਨ ਨੂੰ, ਉਹ ਉਹਨਾਂ ਦਾ ਸਟੇ ਹੈ ਉੱਥੇ, ਉਹ ਤਾਂ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ। ਜਿਹੜਾ ਹੈਗਾ ਸਰਹੰਦ ਵਾਲਾ, ਉਹਦਾ ਅਸੀਂ ਪ੍ਰੋਜੈਕਟ ਜਿਹੜੀ ਆ ਉਹ ਬਣਾ ਕੇ ਭੇਜੀ ਹੈ, ਉਹਦੇ ਫੰਡ ਸਾਡੇ ਕੋਲ ਆ ਰਹੇ ਹੈ ਅਤੇ ਉਹ ਅਸੀਂ ਅਤੇ ਕੁਛ ਕੰਮ ਸਾਡਾ ਚੱਲ ਵੀ ਰਿਹਾ ਅਤੇ ਬਾਕੀ ਅਸੀਂ ਉਹ ਨਸ਼ਾ ਆ ਇਹ ਸਾਰੀ ਦੁਨੀਆ ਦੇ ਵਿੱਚ ਇੱਕ ਸਾਡੇ ਲਈ ਅੱਗੇ ਵੱਧ ਰਿਹਾ, ਸਾਡੇ ਲਈ ਇੱਕ ਚੈਲੇਂਜ ਆ। ਜੇਲ੍ਹਾਂ ਦੇ ਵਿੱਚ ਵੀ ਖਬਰਾਂ ਸਾਨੂੰ ਐਸੀਆਂ ਮਿਲਦੀਆਂ, ਪਰ ਅਸੀਂ ਬੜੀ ਸਟ੍ਰਿਕਟਨੈਸ ਕੀਤੀ ਆ। ਅਸੀਂ 3-tier ਸਿਸਟਮ ਜਿਹੜਾ ਸਿਕਿਉਰਟੀ ਦਾ ਕੀਤਾ, ਜਿੱਦਾਂ ਤਿਹਾੜ ਜੇਲ੍ਹ 'ਚ ਅਸੀਂ ਆਊਟਰ ਰੈਂਕ ਦੀ ਜਿਹੜੀ ਸਿਕਿਉਰਟੀ ਆ ਉਹ ਪੁਲਿਸ ਦੇ ਹਵਾਲੇ ਅਸੀਂ DSP ਲਾ ਦਿੱਤੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।